ਤੁਸੀਂ ਮਾਨਸਾ ਦੇ ਵਿੱਚ ਇੱਕ ਰੈਲੀ ਵੀ ਸੰਬੋਧਨ ਕਰਵਾ ਕੇ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਦੇਖੇ ਨੇ ਤੁਸੀਂ ਮੰਗ ਵੀ ਕੀਤੀ ਹੈ ਕਿ ਚਸ਼ਮੇ ਦੇ ਮੁੰਡਾ ਕਿੰਨੀ ਟੋਲ ਲਾਣੀ ਹੈ ਹੋਰ ਕੀ ਜਾਣਾ ਦੇਖੋ ਇਹੀ ਕਹਿਣਾ ਚਾਹੁੰਦੇ ਆ ਦੇਖੋ ਅਗਰ ਸੀਟ ਜਿੱਤਣੀ ਆ ਤੇ ਸਾਨੂੰ ਇਹ ਪਿਛਲੀ ਵਾਰ ਵੀ ਨਹੀਂ ਸੀਟ ਜਿੱਤੀ ਗਈ ਠੀਕ ਆ ਸਾਡੇ ਕੀ ਪਾਰਟੀ ਦੀ ਇੱਕ ਬੜੀ ਵਧੀਆ ਸੋਚ ਸੀ ਔਰ ਕਿਤੇ ਨਾ ਕਿਤੇ ਉਦੋਂ ਆਮ ਆਦਮੀ ਦਾ ਲੋਕਾਂ ਨੂੰ ਬੁਖਾਰ ਚੜ੍ਹਿਆ ਔਰ ਅੰਤ ਵਿੱਚ ਜੋ ਹੋਇਆ ਆਪਾਂ ਸਾਰਿਆਂ ਨੇ ਵੇਖਿਆ ਐਤਕੀ ਵੀ ਇਲੈਕਸ਼ਨ ਜਿੱਤਣਾ ਔਰ ਉਸ ਤੋਂ ਬਾਅਦ ਉਹ 5 ਸਾਲ ਹੰਡਾਉਣਾ ਇਹ ਬਹੁਤ ਜ਼ਰੂਰੀ ਆ ਜਸਪਿੰਦਰ ਨੇ ਬਹੁਤ ਕੰਮ ਕੀਤਾ ਨੌਜਵਾਨ ਨੇ ਯੂਥ ਕਾਂਗਰਸ ਦੇ ਵਿੱਚ ਇਹੋ ਹੀ ਕੰਮ ਕਰ ਸਕਦੇ ਉਹਦੇ ਕਿਉਂਕਿ ਸਾਨੂੰ ਕਿਹੜਾ ਨੌਜਵਾਨਾਂ ਨੂੰ ਗਰੰਟਾਂ ਦੇਣ ਨੂੰ ਹੁੰਦੀ ਆ ਜਾਂ ਇੰਨਾ ਕੋਈ ਸਰਕਾਰੀ ਪ੍ਰਜਾਤੰਤਰ ਹੁੰਦਾ ਇਹ ਤਾਂ ਪਾਰਟੀ ਵਿੱਚ ਇਹਨੇ ਬਹੁਤ ਕੰਮ ਕੀਤਾ ਬਹੁਤ ਕਾਬਲੇ ਤਰੀਫ ਬੰਦਾ ਵਾ ਬਹੁਤ ਮਿਹਨਤੀ ਆ ਔਰ ਇਹੋ ਜਿਹੇ ਮੁੰਡੇ ਅਗਰ ਅਸੀਂ ਪਾਰਟੀ ਦੇ ਵਿੱਚ ਟਿਕਟਾਂ ਦੇ ਕੇ ਅੱਗੇ ਲੈ ਕੇ ਆਵਾਂਗੇ ਤਾਂ ਕਿਤੇ ਨਾ ਕਿਤੇ ਯੂਥ ਕਾਂਗਰਸ ਦਾ ਹੌਸਲਾ ਬਣੂਗਾ ਔਰ ਇੱਕ ਨਵਾਂ ਇਹੋ ਜਿਹੀ ਜਨਰੇਸ਼ਨ ਤਿਆਰ ਕਰੂਗੀ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਕਾਂਗਰਸ ਆ ਜਿਹੜੇ ਕਾਂਗਰਸ ਲਈ ਮਰ ਮਿਟ ਜਾਣਗੇ ਔਰ ਜਿਹੜੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੁਪਨਾ ਸਿੱਧੂ ਮੂਸੇਵਾਲੇ ਦਾ ਕਹਿਣਾ ਹੈਗਾ ਕਹਿੰਦਾ ਵੀ ਟਿਕਟ ਮੇਰੀ ਪੱਕੀ ਆ ਤੇ ਮੈਂ 100% ਟਿਕਟ ਲੜੂੰਗਾ ਕੀ ਕਹਿਣਾ ਦੇਖੋ ਇਹ ਤਾਂ ਸਿੱਧੂ ਮੂਸੇਵਾਲਾ ਇਹਦੇ ਬਾਰੇ ਦੱਸ ਸਕਦਾ ਵੀ ਉਹਨਾਂ ਨੇ ਟਿਕਟ ਕਿਹਨਾਂ ਨੇ ਪੱਕੀ ਕੀਤੀ ਆ ਔਰ ਕਿਵੇਂ ਪੱਕੀ ਹੋਈ ਆ ਉਹਨਾਂ ਦਾ ਵੀ ਵੈਲਕਮ ਆ ਪਾਰਟੀ 'ਚ ਲੇਕਿਨ ਇੱਥੇ ਕਾਂਗਰਸ ਕਲਚਰ ਜਿਹੜਾ ਵਾ ਮੇਰੇ ਉੱਥੇ ਸੰਦੋਆ ਸਾਹਿਬ ਆਏ ਸੀ ਉਹ ਵੀ ਇਹੀ ਸੋਚ 'ਤੇ ਆਏ ਸੀ ਮੇਰੀ ਟਿਕਟ ਪੱਕੀ ਆ ਅੱਜ ਸੰਦੋਆ ਸਾਹਿਬ ਦੀ ਉਹਨਾਂ ਦੀ ਆਪਦੀ ਪਾਰਟੀ ਨੇ ਵੀ ਟਿਕਟ ਕੱਟਤੀ 2012 ਦੇ ਵਿੱਚ ਕਿੱਕੀ ਢਿੱਲੋਂ ਜੀ ਤੁਸੀਂ ਜੋ ਕਿ ਹੁਣ ਮੌਜੂਦਾ ਵਿਧਾਇਕ ਆ PPP ਪਾਰਟੀ ਸੀਗੇ ਔਰ ਉਹਨਾਂ ਨੂੰ ਜਦੋਂ ਜੁਆਇਨ ਕਰਾਇਆ ਗਿਆ ਕਿਉਂਕਿ PPP ਪਾਰਟੀ ਤੋੜੀ ਸੀ ਉਦੋਂ ਉਹਨਾਂ ਨੂੰ ਮੇਰੇ ਖਿਆਲ ਹੈਂਡ ਰਿਟਨ ਚਿੱਠੀ ਆਈ ਸੀ ਆਪਣਾ ਉਦੋਂ ਦੇ ਮੌਜੂਦਾ ਪ੍ਰਧਾਨ ਦੀ ਵੀ ਤੁਹਾਡੀ ਟਿਕਟ ਪੱਕੀ ਹੋਊਗੀ ਲੇਕਿਨ ਪਾਰਟੀ ਨੇ ਆਖਰੀ ਮੌਕੇ 'ਤੇ ਉਹ ਟਿਕਟ ਅਵਤਾਰ ਬਰਾੜ ਨੂੰ ਦੇ ਦਿੱਤੀ ਸੋ ਇਹ ਮੇਰੀ ਕਹਿਣ ਦਾ ਇਹ ਮਤਲਬ ਆ ਕਾਂਗਰਸ ਦੇ ਵਿੱਚ ਜਦ ਤੱਕ ਲਿਸਟ ਨਾ ਆ ਜਾਏ ਉਦੋਂ ਤੱਕ ਸਾਰਿਆਂ ਦੀ ਟਿਕਟਾਂ ਪੱਕੀਆਂ ਹੁੰਦੀਆਂ ਔਰ ਉਦੋਂ ਤੱਕ ਕਿਸੇ ਨਾ ਕਿਸੇ ਦੀ ਟਿਕਟ ਕੱਟੀਆਂ ਜਾਂਦੀਆਂ ਕਿਸੇ ਦੀ ਬਣ ਜਾਂਦੀਆਂ ਲੇਕਿਨ ਜਦੋਂ ਲਿਸਟ ਆਊਗੀ ਜਦ ਤੱਕ ਉਹ ਨਾ ਆ ਜਾਏ ਉਸ ਤੋਂ ਪਹਿਲਾਂ ਨਾ ਮੈਂ ਕਹਿ ਸਕਦਾ ਮੇਰੀ ਟਿਕਟ ਪੱਕੀ ਆ ਨਾ ਚੰਨੀ ਸਾਹਿਬ ਕਹਿ ਸਕਦੇ ਨਾ ਸਿੱਧੂ ਸਾਹਿਬ ਕਹਿ ਸਕਦੇ ਇਹ ਤਾਂ ਸਮਾਂ ਹੀ ਦੱਸੂਗਾ ਵੀ ਟਿਕਟ ਕਿਹਦੀ ਪੱਕੀ ਤੇ ਨਾ ਉਹ ਕਹਿੰਦਾ ਜੇ ਮੌਕੇ ਤੇ ਸਰਕਾਰ ਨੇ ਦੇ ਦਿੱਤੀ ਠੀਕ ਆ ਨਹੀਂ ਫਿਰ ਕਹਿੰਦਾ ਜੇ ਸਰਕਾਰ ਨਹੀਂ ਵੀ ਦਿੰਦੀ ਤਾਂ ਕਹਿੰਦਾ ਫਿਰ ਮੈਂ ਟਿਕਟ ਉਹਨਾਂ ਨੂੰ ਪਤਾ ਹੀ ਹੈ ਮੇਰਾ ਮੈਂ ਕਹੇ ਜਾ ਮੈਂ ਲੈਣੀ ਜਾਣਦਾ ਹੈਗਾ ਦੇਖੋ ਮੁੱਦਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਵਾ ਮੁੱਦਾ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉਂਦਾ ਵਾ ਔਰ ਇਹ ਜਿਹੜਾ ਮੁੱਦਾ ਵਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਪਾਰਟੀ ਤੋਂ ਉੱਪਰ ਕੋਈ ਵੀ ਨਹੀਂ ਸੋ ਇਸ ਕਰਕੇ ਮੇਰੀ ਬੇਨਤੀ ਆ ਵੀ ਮੁੱਦਾ ਜਿਹੜਾ ਵਾ ਉਹ ਮਾਨਸੇ ਦੀ ਗੱਲ ਕਰੀਏ ਮਾਨਸੇ ਦੇ ਵਿਕਾਸ ਦੀ ਗੱਲ ਕਰੀਏ ਆਮ ਤੌਰ ਤੇ ਇਲੈਕਸ਼ਨ ਦੇ ਵਿੱਚ ਪਾਰਟੀਆਂ 2 ਫੜ ਹੁੰਦੀਆਂ ਲੇਕਿਨ ਮਾਨਸੇ ਦੇ ਪਿੱਛੇ ਦਾ ਫੜ ਹੁੰਦਾ ਕੋਈ ਕੋਈ ਦੋ ਰੈਲੀਆਂ ਹੋ ਚੁੱਕੀਆਂ ਸਿੱਧੂ ਮੂਸੇਵਾਲਾ ਆਪਦੀ ਡਬਲਯੂਬੀ ਦਾ ਫਿਰਦਾ ਕੀ ਲੱਗਦਾ ਤੁਹਾਨੂੰ ਕੀ ਹੋਊਗਾ ਕਈ ਥਾਂ ਤੇ 4-4 ਵੀ ਹੋ ਗਈਆਂ ਕਈ ਥਾਂ ਤੇ 5-5 ਵੀ ਹੋ ਗਈਆਂ ਸੋ ਇਹ ਤਾਂ ਰਾਜਨੀਤੀ ਦਾ ਇੱਕ ਹਿੱਸਾ ਸੋ ਸਾਡੀ ਇਹ ਬੇਨਤੀ ਆ ਤਾਂ ਹੀ ਹਾਈ ਕਮਾਂਡ ਨੂੰ ਇਹ ਬੇਨਤੀ ਕਰਦੇ ਹਾਂ ਵੀ ਥੱਲੇ ਘੁੰਡੀਆਂ ਦੇ ਸਿੰਘ ਨਾ ਫਸਾਓ ਥੱਲੇ ਨੌਜਵਾਨਾਂ ਦੀ ਆਪਸ 'ਚ ਭਿੜਤ ਨਾ ਕਰਾਓ ਤੁਸੀਂ ਬਹਿ ਕੇ ਹਰੇਕ ਨੂੰ ਬੁਲਾ ਕੇ ਅਗਰ ਕਿਤੇ ਤੁਹਾਨੂੰ ਇਹ ਪ੍ਰੋਬਲਮ ਲੱਗਦੀ ਆ ਰੈਲੀਆਂ ਦੀ ਬਜਾਏ ਇਹ ਗੱਲਾਂ ਬੰਦ ਕਮਰਿਆਂ ਦੇ ਵਿੱਚ ਨਿਬੜ ਜਾਣ ਤੇ ਬਹੁਤ ਵਧੀਆ ਵਾ ਨਹੀਂ ਤਾਂ ਇਹਦਾ ਜਲੂਸ ਔਰ ਖਲਾਰਾ ਕਿਤੇ ਨਾ ਕਿਤੇ ਪਾਰਟੀ ਨੂੰ ਨੁਕਸਾਨ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਪੂਰੇ ਨਹੀਂ ਹੋ ਰਹੇ ਐਲਾਨ ਟਿਕਟ ਨਹੀਂ ਮਿਲਦੀ ਤੁਹਾਡੇ ਨਜ਼ਦੀਕੀ ਆ ਤਾਂ ਇਹਦੇ ਨਾਲ ਬਗਾਵਤ ਦੇ ਲਈ ਸਮਰਥਨ ਕਰੋਗੇ ਤੋਂ ਮਾਨਸਾ ਤੋਂ ਅਗਰ ਨਹੀਂ ਟਿਕਟ ਦਿੰਦੀ ਪਾਰਟੀ ਦੇਖੋ ਪਾਰਟੀ ਤੋਂ ਬਾਹਰ ਨਾ ਤਾਂ ਜਸਪਿੰਦਰ ਜਾਊਗਾ ਨਾ ਮੈਂ ਜਾਊਗਾ ਮੈਂ ਵੀ ਇਲੈਕਸ਼ਨ ਦੀ ਟਿਕਟ ਮੰਗਦਾ ਪੈ ਰੋਪੜ ਦੇ ਮੇਰੇ ਵੀ ਉੱਥੇ ਬਹੁਤ ਵਿਰੋਧੀ ਆ ਮੇਰੇ ਵੀ ਬਹੁਤ ਲੋਕ ਉੱਥੇ ਟਿਕਟ ਮੰਗਦੇ ਆ ਇੱਥੋਂ ਵੀ ਐਂ ਟਿਕਟ ਮੰਗੀ ਜਾਂਦੀ ਆ ਲੇਕਿਨ ਆਹ ਕਹਿਣਾ ਵੀ ਅਗਰ ਪਾਰਟੀ ਨੇ ਮੈਨੂੰ ਟਿਕਟ ਨਾ ਦਿੱਤੀ ਤਾਂ ਮੈਂ ਵਿਰੋਧ ਕਰੂੰਗਾ ਇਹ ਮੇਰੇ ਹਿਸਾਬ ਨਾਲ ਕੋਈ ਬੰਦਿਆਂ ਵਾਲੀ ਗੱਲ ਜਾਂ ਅੰਮ੍ਰਿਤਾ ਵਾਲੀ ਗੱਲ ਨਹੀਂ ਆ ਜੋ ਐਲਾਨ ਕੀਤੇ ਜਾ ਰਹੇ ਪੂਰੇ ਨਹੀਂ ਹੋ ਰਹੇ ਪਾਰਟੀ 'ਚ ਹੀ ਲੜਾਂਗੇ ਔਰ ਪਾਰਟੀ ਨੂੰ ਮਜਬੂਰ ਕਰਾਂਗੇ ਵੀ ਜਿਹੜਾ ਹੱਕ ਸੱਚ ਦੀ ਗੱਲ ਆ ਉਹ ਇੱਥੇ ਕਰਾਂਗੇ ਵਰਿੰਦਰ ਜੋ ਐਲਾਨ ਕੀਤੇ ਜਾ ਰਹੇ ਪੂਰੇ ਨਹੀਂ ਹੋ ਰਹੇ ਜੀ ਸੰਵਿਧਾਨਕ ਅਹੁਦਾ ਨਾ ਹੋਣ ਦੇ ਬਾਵਜੂਦ ਉਹ 15 ਕਰੋੜ ਰੁਪਇਆ ਵੀ ਮੰਗ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰ ਦੀ ਵੀ ਗਲਤੀ ਹੈ ਕਿ ਉਹਨੂੰ ਸੰਵਿਧਾਨਕ ਅਹੁਦੇ ਤੋਂ ਬਿਨਾਂ ਕਿਉਂ ਉਹ ਫੰਡ ਮੰਗ ਰਿਹਾ ਹੈ ਕਿਉਂ ਉਹ ਇਨੈਗੋਰੇਸ਼ਨਾਂ ਕਰ ਰਿਹਾ ਹੈ ਜਦਕਿ ਸੰਵਿਧਾਨਕ ਅਹੁਦਾ ਵੀ ਨਾਜ਼ਰ ਮਾਨਸ਼ਾਹੀਏ ਕੋਲ ਹੈ ਦੇਖੋ ਇਹ ਤਾਂ ਗੱਲ ਬਿਲਕੁਲ ਮੈਂ ਤਾਂ ਇਸ ਗੱਲ ਤੇ ਬੜਾ ਹੈਰਾਨ ਹਾਂ ਵੀ ਮਾਨਸ਼ਾਹੀਆ ਸਾਹਿਬ ਕਿਉਂ ਚੁੱਪ ਹੈ ਮਾਨਸ਼ਾਹੀਆ ਸਾਹਿਬ ਨੂੰ ਬਤੌਰ MLA ਉਹਨਾਂ ਨੇ ਅੱਜ ਤੱਕ ਕੋਈ ਮੇਰੇ ਖਿਆਲ ਇਸ ਮਸਲੇ ਤੇ ਬਿਆਨ ਨਹੀਂ ਦਿੱਤਾ ਨਹੀਂ ਉਹ ਖੁਦ ਕਹਿ ਰਹੇ ਅੱਜ ਵੀ ਉਹਨਾਂ ਨੇ ਕਿਹਾ ਵੀ ਇਹਨਾਂ ਕੋਲ ਕੀ ਅਥਾਰਟੀ ਆ ਕਹਿੰਦੇ
फिर ये आने वाले समय के मेरे हिसाब से इन फैसले को दुरुस्त करना पेगा नहीं तो कितना कितने सा सरकारी खर्चे से जो इनोग्रेशन लग रहे हैं थोड़ा नहीं लगता भी सरकार भी कान कर रही है। देखो मैं तुम्हें गल इनोग्रेशन कोई भी कर सकता मैं नहीं जी भाई जी एक गल सरकारी इनोग्रेशन किमें बोर्ड लग जूगा जी। देखो मैं तुम्हें यही कहना इनोग्रेशन कोई भी कर सकता इनोग्रेशन दे विच बारे कोई रूल रेगुलेशन नहीं पता रख के किवें कर दूंगा ढिल्लो साहब भाई जी इहदे अंदर मैं जो 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 मेरी सोच आ जो तुहाडी सोच वक्खरी हो सकदी मेरी सोच इहदे विच इनोग्रेशन नाम किवें ला दंगे वोट भाई जी जिहदा मर्जी जिथे मर्जी लग सकदा क्योंकि उह सरकार दे कोल हक आ मैं वी उही कहना सरकार उह सरकार किसे नूं हक दे दे किसे नूं मान सम्मान दे दे कल नूं किसे बंदे ने शहादतां प्राप्त कीतियां होण असीं उहनूं वी कहिंदे आ भाई इत्थों इनोग्रेशन करावांगे जसपिंदर दे हक विच जिहड़ी रैली आ जसपिंदर वास्ते रैली साडे जिला यूथ कांग्रेस दे प्रधान वास्ते आ इह किसे इक व्यक्ति दे उत्ते समेट के ना रखी ਤੁਹਾਡੇ ਵਾਸਤੇ ਮੁੱਦਾ ਹੋ ਸਕਦਾ ਸਾਡੇ ਵਾਸਤੇ ਮੁੱਦਾ ਨਹੀਂ ਇਹ ਸਵਾਲ ਰੋਕਿਆ ਗਿਆ ਉਹਨਾਂ ਇਹ ਸਵਾਲ ਸਾਡੇ ਨਹੀਂ ਨਾ ਸੁਸਪਿੰਦਰ ਦੇ ਇਹ ਕਾਂਗਰਸੀ ਵਰਕਰਾਂ ਦੇ ਸਵਾਲ ਹੈ ਜਿਹੜਾ ਤੁਹਾਨੂੰ ਅਸੀਂ ਤਾਂ ਕੀ ਲੈਣਾ ਜੀ ਇਹਨੂੰ ਜਵਾਬ ਦੇ ਕੇ ਤੁਹਾਨੂੰ ਸੁਸਪਿੰਦਰ ਯੂਥ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਅਸੀਂ ਮੈਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਉਹ ਬੰਟੀ ਜੀ ਸਾਡੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਆ ਮੁਕੇਸ਼ ਜੀ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਆ ਇਹ ਬਠਿੰਡੇ ਤੋਂ ਆਪਣਾ ਜ਼ਿਲ੍ਹਾ ਪ੍ਰਧਾਨ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਦੇਖੋ ਇੱਕ ਗੱਲਾਂ ਲੋਕਾਂ ਤੱਕ ਸਾਨੂੰ ਵੀ ਪਹੁੰਚਾਉਣ ਦਾ ਮੌਕਾ ਸੰਗਠਨ ਜਿਹੜਾ ਵਾ ਉਹ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਮਗਰ ਡਟ ਕੇ ਖੜੂਗਾ ਉਹ ਇੱਕ ਅਹੁਦੇ 'ਤੇ ਆ ਸਾਡਾ ਉਹ ਸੰਗਠਨ ਦਾ ਇੱਕ ਬਹੁਤ ਅਹਿਮ ਅਹੁਦਾ ਵਾ ਉਸ ਅਹੁਦੇ ਦਾ ਬਹੁਤ ਮਾਨ ਸਤਿਕਾਰ ਆ ਔਰ ਇਸ ਕਾਂਗਰਸ ਪਾਰਟੀ ਦਾ ਜਿਹੜਾ ਕਲਚਰ ਆ ਇੱਥੇ ਸੰਗਠਨ ਦੀ ਬਹੁਤ ਅਹਿਮੀਅਤ ਆ ਇੱਥੇ ਸੰਗਠਨ ਤੋਂ ਬਾਹਰ ਹੋ ਕੇ ਕੋਈ ਵੀ ਕੁਛ ਨਹੀਂ ਕਰ ਸਕਦਾ ਢਿੱਲੋਂ ਸਾਹਿਬ ਮੇਰੀ ਗੱਲ ਖਤਮ ਹੋ ਲੈਂਦਾ ਬਹੁਤ ਇੰਪੋਰਟੈਂਟ ਗੱਲ ਆ ਲੋਕਾਂ ਦੇ ਵਾਸਤੇ ਤੁਹਾਡੇ ਇਹਦਾ ਮਾਨ ਸਨਮਾਨ ਜਿਹੜਾ ਵਾ ਉਹ ਕਿਸੇ ਇੱਕ ਸੁਸਪਿੰਦਰ ਕਰਕੇ ਉਹ ਮਾਨ ਸਨਮਾਨ ਇਸ ਕਰਕੇ ਆ ਕਿਉਂਕਿ ਇਹਨੇ ਸੰਗਠਨ ਦੇ ਵਿੱਚ ਮਿਹਨਤ ਕੀਤੀ ਉਸ ਮਾਨ ਸਨਮਾਨ ਨੂੰ ਪਾਰਟੀ ਰੈਕੋਗਨਾਈਜ਼ ਵੀ ਕਰੂਗੀ ਔਰ ਪਾਰਟੀ ਜੋ ਕੁਛ ਹੋ ਸਕੂਗਾ ਇਹਦੇ ਵਾਸਤੇ ਉਹ ਕਰੂਗੀ ਸੋ ਇਸ ਕਰਕੇ ਮੈਂ ਤੁਹਾਨੂੰ ਫਿਰ ਕਹਿੰਦਾ ਨਾ ਤਾਂ ਟਿਕਟ ਸਿੱਧੂ ਸਾਹਿਬ ਦੀ ਪੱਕੀ ਆ ਅਤੇ ਨਾ ਜਸਪਿੰਦਰ ਦੀ ਪੱਕੀ ਆ ਲੇਕਿਨ ਟਿਕਟ ਇੱਕ ਨੂੰ ਮਿਲੂਗੀ ਔਰ ਉਹ ਟਿਕਟ ਉਹਨੂੰ ਮਿਲੂਗੀ ਜਿਹਨੇ ਪਾਰਟੀ ਨੂੰ ਸਮਝਿਆ ਜਿਹੜਾ ਰਾਹੁਲ ਗਾਂਧੀ ਨੂੰ ਆਪਣਾ ਲੀਡਰ ਮੰਨੂਗਾ ਜਿਹੜਾ ਇਹ ਬੋਲੂਗਾ ਕਾਂਗਰਸ ਪਾਰਟੀ ਜਿੰਦਾਬਾਦ ਜਿਹੜਾ ਬੰਦਾ ਬੋਲੂਗਾ ਵੀ ਨਹੀਂ ਮੈਂ ਇਸ ਕਾਂਗਰਸ ਕਲਚਰ ਦੇ ਵਿੱਚ ਰਹਿ ਕੇ ਪਾਰਟੀ ਦੀ ਸੇਵਾ ਕਰੂੰਗਾ ਔਰ ਜਿਹੜਾ ਉਹ ਬੰਦਾ ਕਰੂਗਾ ਉਹਨੂੰ ਪਾਰਟੀ ਟਿਕਟ ਦਊਗੀ ਜਸਪਿੰਦਰ ਸਾਡੇ ਵੱਲੋਂ ਪੰਜਾਬ ਯੂਥ ਕਾਂਗਰਸ ਵੱਲੋਂ ਪਹਿਲੇ ਨੰਬਰ 'ਤੇ ਅਗਰ ਅਸੀਂ ਪੰਜਾਬ ਕਿਸ ਦੀ ਟਿਕਟ ਮੰਗਦੇ ਹਾਂ ਤਾਂ ਅਸੀਂ ਜਸਪਿੰਦਰ ਦੀ ਮੰਗਦੇ ਹਾਂ ਔਰ ਇਹ ਸਾਡੇ ਵਾਸਤੇ ਮਾਨ ਸਨਮਾਨ ਦੀ ਵੀ ਗੱਲ ਆ ਔਰ ਸਾਡੇ ਵਰਕਰਾਂ ਦੇ ਵਿੱਚ ਹੌਸਲਾ ਪਾਉਣ ਦੀ ਵੀ ਗੱਲ ਕਾਂਗਰਸ ਪਾਰਟੀ ਦੀ ਰੈਲੀ ਸੀ ਫਿਰ ਬੱਸਾਂ ਨੂੰ ਕਿਉਂ ਰੋਕਿਆ ਜਾਂਦਾ ਰੈਲੀ 'ਚੋਂ ਭਾਅ ਜੀ ਬੱਸਾਂ ਵੀ ਰੋਕੀਆਂ ਜਾਣਗੀਆਂ ਬੰਦੇ ਵੀ ਰੋਕੇ ਜਾਣਗੇ ਰਾਜਨੀਤੀ ਦਾ ਇਹ ਹਿੱਸਾ ਵਾ ਅਸੀਂ ਕੋਈ ਕਮਜ਼ੋਰ ਨਹੀਂ ਆ ਵੀ ਸਾਡੀਆਂ ਬੱਸਾਂ ਰੋਕ ਲੈਣਗੇ ਫਿਰ ਏਡਾ ਹਜੂਮ ਕਿੱਥੋਂ ਆ ਗਿਆ ਹੋਰ ਰੋਕ ਲੈਣ ਹੋਰ ਇਹਨੂੰ ਕੱਢ ਲੈਣ ਹੋਰ ਕੱਟ ਵੱਟ ਕਰ ਲੈਣ ਇਹ ਰਾਜਨੀਤੀ ਨਹੀਂ ਹੁੰਦੀ ਇਹ ਮਰਦਾਂ ਦੀ ਰਾਜਨੀਤੀ ਆ ਮਰਦਾਂ ਵਾਂਗੂ ਕਰਾਂਗੇ ਸਰ ਤੁਸੀਂ ਵੀ ਉੱਥੇ ਜਾ ਕੇ ਆਇਓ ਮੂਸੇ ਪਿੰਡ 'ਚ ਦੋ ਬੱਸਾਂ ਆ ਰਹੀਆਂ ਸੀ ਉਹਨਾਂ ਨੇ ਚਲੋ ਉਹਦੀ ਸੋਚ ਆ ਸਿੱਧੂ ਸਾਹਿਬ ਦੀ ਉਹਨਾਂ ਨੇ ਆਪਣੀ ਸੋਚ ਅਪਣਾਈ ਪਰ ਮੈਂ ਕਿਹਾ ਨਹੀਂ ਹੋਣਾ ਚਾਹੀਦਾ ਮੇਰੇ ਪਿੰਡੋਂ ਜੇ ਕੋਈ ਸਿੱਧੂ ਮੂਸੇਵਾਲ ਦੀ ਬੱਸ ਭਰਦਾ ਮੈਂ ਕਿਉਂ ਰੋਕਾਂ ਕਿਉਂ ਵਿਰੋਧ ਕਰਾਂ ਦੂਸਰੀ ਗੱਲ ਪਾਰਟੀ ਨੂੰ ਜੇ ਆਪਾਂ ਆਪ ਮਾਰਾਂਗੇ ਕਮਜ਼ੋਰ ਕਰਾਂਗੇ ਉਹ ਵੱਖ ਵੱਖ ਪਿੰਡਾਂ 'ਚ ਪ੍ਰੋਗਰਾਮ ਕਰਾਉਂਦੇ ਨੇ ਮੈਂ ਤਾਂ ਕਦੇ ਨਹੀਂ ਰੋਕਿਆ ਉਹਨਾਂ ਦੀ ਸੋਚ ਆ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪਿਆ ਜੇ ਦੋ ਬੱਸਾਂ ਰੁਕ ਗਈਆਂ ਪਰ ਮੈਂ 5000 ਕੁਰਸੀ ਲਵਾਈ ਸੀ ਠੀਕ ਹੈ ਕੁਰਸੀ ਪਾਰਕ ਕੇ ਆਸੇ ਪਾਸੇ ਲੋਕ ਖੜ੍ਹੇ ਸੀ 10000 ਬੰਦੇ ਦਾ ਕੱਟ ਸੀਗਾ ਅਤੇ ਉਹ ਕਿੱਥੋਂ ਆ ਗਿਆ ਕਿਹਨੂੰ ਰੋਕਣਗੇ ਨਹੀਂ ਰੋਕ ਸਕਦੇ ਜਸਪਿੰਦਰ ਸਿੱਧੂ ਮੂਸੇਵਾਲੇ ਨੂੰ ਕਹਿੰਦੇ ਵੀ ਕਾਂਗਰਸ ਨੇ ਉਹਦੇ ਫੋਲੋਅਰਸ ਦੇਖ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਫਿਰ ਆ ਮੁੱਖ ਮੰਤਰੀ ਦੀ ਲੜ ਲਈ ਜੀ 10,000 crore ਫੋਲੋਅਰਸ ਨੇ ਫਿਰ ਉਹ MLA ਤੋਂ ਕੀ ਕਰਦਾ ਉਹ ਮੁੱਖ ਮੰਤਰੀ ਦੀ ਪੋਸਟ ਲਵੇ ਉਹ ਤਾਂ ਵੈਸੇ ਹੀ ਯਾਦ ਜਿੱਤ ਸਕਦਾ ਉਹਨੂੰ ਪਾਰਟੀ ਦੀ ਕੀ ਲੋੜ ਆ ਦੇਖੋ ਗੱਲ ਸਮਝੋ ਇਹ ਵੀ ਮੈਂ ਇਹਨੂੰ ਗੱਲ ਨੂੰ ਨਹੀਂ ਸਮਝਦਾ ਕਦੇ ਫੋਲੋਅਰਸ ਨੇ ਗੱਲ ਇਹ ਆ ਕਿ ਕਾਂਗਰਸ ਪਾਰਟੀ ਦਾ ਕੁੱਕਰ ਕੌਣ ਆ ਸਾਡੇ ਰਾਹੁਲ ਗਾਂਧੀ ਦੀ ਸੋਚ 'ਤੇ ਕੌਣ ਚੱਲਦਾ ਪਾਰਟੀ ਨੇ ਅਸੀਂ ਕੀ ਕੀਤਾ ਪਾਰਟੀ ਨੂੰ ਅਸੀਂ ਕਿੰਨਾ ਸਮਾਂ ਦਿੱਤਾ ਅਸੀਂ ਲੋਕਾਂ ਲਈ ਕੀ ਕੀਤਾ ਅਸੀਂ ਉਹ ਬੇਰੁਜ਼ਗਾਰ ਲੋਕਾਂ ਦੀ ਆਵਾਜ਼ ਬਣੇ ਅਸੀਂ ਕਰੋਨਾ ਕਿਸਾਨੀ 'ਚ ਆਵਾਜ਼ ਬਣੇ ਅਸੀਂ ਜਿਹੜੀ ਸਾਡੀ ਸੋਚ ਆ ਵਿਚਾਰਧਾਰਾ ਉੱਤੇ ਲੜੇ ਸੋ ਜਿਹੜਾ ਬੰਦਾ ਉੱਤੇ ਲੜਦਾ
उन्होंने टिकट भी मिलती आ, मान सम्मान भी मिलता। जे मैं टिकट ना मिली मैं कह चुका कोई गिला नहीं, मैं पार्टी ने बहुत प्यार दिता। हाँ सिद्धू मूसेवाले नाल मेरा कोई कॉम्प्रोमाइज नहीं, यह मैं स्पष्ट कहना, क्योंकि मैं पार्टी का नज विरोध करना करा कल ना मेरी औकात आ। मैं सिद्धू मूसेवाले का विरोध आ, पार्टी सरपंच नूं टिकट दे दे, पार्टी MC नूं टिकट दे दे, जसपिंदर नाल यह सुनना वादा लोगों का। जसपिंदर दूजे कांग्रेसी ने जिहड़े टिकट के दावेदार से अज सारे चुप रहे, कल जसपिंदर ही रौला क्यों पा रहा? शायद मैं कम किया, मेरे सुपने से मैं देखे ने, मैं मेहनत की आ, लोगों की आवाज़ आ लड़ मैं लड़ रहा। शायद जो तुम लोग कोई कम करते हो मेहनत करते हो तो थोड़े कोई चोरी करके होर ले जाए तो फूक नहीं हो, कि टाइम चुप रहोगे? एक बार दो बार जो हर बार थोड़े ना हो लग गया, एक दिन तुम भी आवाज़ बनोगे, लड़ोगे मरोगे। सो ढिलों साहब ने कहा सियासत च लड़ना मरना अड़ना हकों लोगों, यूथ कांग्रेस के हिस्से एको चीज़ आ मेहनत, यूथ कांग्रेस के हिस्सों एक ही चीज़ आ ताकत, वह कितों आ लोगों तो, लोगों से जावे लोगों की गल करा वो आवाज़ बना। थैंक यू जी, सारा बहुत बहुत धन्यवाद।